ਹੈਲੋ ਫਰੈਂਡਸ ਵੈਲਕਮ ਟੂ आवर YouTube ਚੈਨਲ ਤੀਰ ਐਜੂਕੇਸ਼ਨ ਫਰੈਂਡਸ ਪੀਪੀਐਸਸੀ ਦਾ ਜੋ ਪੀਸੀਐਸ ਦਾ ਐਗਜ਼ਾਮ ਹੋਇਆ ਸੀ ਉਸ ਦਾ ਰਿਜ਼ਲਟ ਆਊਟ ਹੋ ਚੁੱਕਿਆ ਹੈ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੀ ਕੱਟਆਫ ਕਿੰਨੀ ਗਈ ਹੈ ਇਸ ਦੇ ਵਿੱਚ ਲਗ ਲਗ ਕੈਟਾਗਰੀ ਦੀ ਲਗ ਲਗ ਕੱਟਆਫ ਹੈ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਜਨਰਲ ਕੈਟਾਗਰੀ ਦੀ ਇਸ ਦੇ ਵਿੱਚ 244.5 ਜੋ ਕਿ ਜਨਰਲ ਕੈਟਾਗਰੀ ਦੀ ਕੱਟਆਫ ਗਈ ਹੈ ਫੀਮੇਲ ਦੀ ਕੱਟਆਫ 237.5 ਅਮੀ ਲਗ ਲਗ ਕੈਟਾਗਰੀ ਦੀ ਲਗ ਲਗ ਕਟਆਫ ਗਈ ਹੈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣੀ ਕੈਟਾਗਰੀ ਦੇ ਮੁਤਾਬਕ ਆਪਣੀ ਕਟਆਫ ਦੇਖ ਸਕਦੇ ਹੋ ਇਸੇ ਤਰ੍ਹਾਂ ਇਹਨਾਂ ਨੇ ਕੁਝ ਹੋਰ ਜੋ ਕਿ ਨੋਟਿਸ ਅਪਲੋਡ ਕੀਤੇ ਹਨ ਅਸੀਂ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ ਇਹਨਾਂ ਨੇ ਮੇਨਸ ਇਗਜ਼ਾਮ ਹੈ ਜੋ ਉਸ ਦੇ ਬਾਰੇ ਦੱਸਿਆ ਹੈ ਕਿ ਜੋ ਤੁਹਾਡਾ ਮੇਨਸ ਇਗਜ਼ਾਮ ਹੈ ਇਸ ਦੀ ਦੁਬਾਰਾ ਤੋਂ ਤੁਹਾਨੂੰ ਫਾਰਮ ਫਿਲ ਕਰਨਾ ਪਵੇਗਾ ਜੋ ਆਨਲਾਈਨ ਫਾਰਮ ਹੈ ਇਹ 12 ਮਾਰਚ ਤੋਂ ਲੈ ਕੇ 22 ਮਾਰਚ ਦੇ ਵਿੱਚ ਵਿੱਚ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਇਹ ਫਾਰਮ ਭਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੋਈ ਵੀ ਸੈਪਰੇਟ ਫੀਸ ਦੇਣ ਦੀ ਲੋੜ ਨਹੀਂ ਹੋਵੇਗੀ ਮেইনਸ एग्जाम ਦੇ ਰਿਲੇਟਡ ਇਹਨਾਂ ਨੇ ਉਹ ਵੀ एग्जाम ਦੇ ਵੈਨਿਊ ਤੇ ਡੇਟ ਅਪਲੋਡ ਕੀਤੀ ਹੈ ਇਸ ਦੇ ਵਿੱਚ ਜੋ ਕਿ 1 ਅਪ੍ਰੈਲ ਨੂੰ ਤੁਹਾਡਾ ਇਹ ਪੇਪਰ ਹੋਵੇਗਾ ਅਤੇ ਇਸ ਦਾ ਜੋ ਵੈਨਿਊ ਹੈ ਉਹ ਪਟਿਆਲਾ ਹੈ ਅਤੇ ਤੁਹਾਡੇ ਸੱਤ ਪੇਪਰ ਹੋਣਗੇ ਜਿਨ੍ਹਾਂ ਦੀ ਡੇਟ ਅਲੱਗ-ਅਲੱਗ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਫੀਸ਼ੀਅਲ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਅਤੇ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਲਈ ਬੈਲ ਆਈਕਨ ਨੂੰ ਜਰੂਰ ਦਬੋ ਧੰਨਵਾਦ